ਸਿੰਘੂ ਬਾਰਡਰ ਅਤੇ ਕਿਸਾਨੀ ਮੋਰਚੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਜਿਹੜੀ ਸਟੇਟਮੈਂਟ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਦਿੱਤੀ ਆ ਉਹ ਬਹੁਤ ਨਿਰਾਸ਼ਾਜਨਕ ਆ ਔਰ ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਬਹੁਤ ਵੱਖ ਵੱਖ ਸੰਗਤਾਂ ਦੇ ਫੋਨ ਆਏ ਆ, ਟੀ ਵੀ ਚੈਨਲਾਂ ਦੇ ਫੋਨ ਆਏ ਆ। ਮੈਂ ਕਸ਼ਮੀਰ ਦੀ ਧਰਤੀ 'ਤੇ ਗੁਰਦੁਆਰਾ ਸ਼ਹੀਦ ਮੁੰਗਾ ਬਰਜੁੱਲਾ ਬਗਾਤ ਔਰ ਗੁਰਦੁਆਰਾ ਸਿੰਘ ਸਭਾ ਚੰਦਰੀਗਾਮ ਇੱਥੇ ਧਰਮ ਪ੍ਰਚਾਰ ਲਈ ਆਇਆ ਹੋਇਆ ਸੀ ਤਾਂ ਮੈਨੂੰ ਵਾਰ ਵਾਰ ਸੰਗਤਾਂ ਦੇ ਇਸ ਬਾਬਤ ਫੋਨ ਆ ਰਿਹਾ ਕਿ ਇਸ ਤਨੀ ਇੰਨੀ ਨਿਰਾਸ਼ਾਜਨਕ ਜਿਹੜੀ ਸਟੇਟਮੈਂਟ ਆ ਉਹ ਭਾਈ ਰਣਜੀਤ ਸਿੰਘ ਨੇ ਦਿੱਤੀ ਹੈ, ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਇਹ ਵੇਖਣਾ ਪਵੇਗਾ ਕਿ ਉਹ ਬੇਅਦਬੀ ਕਿਸ ਦੀ ਕਰਨ ਗਿਆ ਸੀ, ਗੁਰੂ ਗ੍ਰੰਥ ਸਾਹਿਬ ਦੀ ਜਾਂ ਦਸਮ ਗ੍ਰੰਥ ਸਾਹਿਬ ਦੀ ਜਾਂ ਸਰਬਲੋਕ ਗ੍ਰੰਥ ਦੀ। ਮੈਂ ਕਹਿਣਾ ਚਾਹੁੰਦਾ ਕਿ ਬੇਅਦਬੀ ਕਰਨ ਵਾਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਗਿਆ। ਨਿਹੰਗ ਸਿੰਘ ਜਿੱਥੇ ਵੀ ਘੋੜ ਸਵਾਰ ਫੌਜਾਂ ਦਲ ਪੰਥ ਚੱਲਦਾ ਵਹੀਰ ਜਾਂਦਾ ਉੱਥੇ ਪਾਲਕੀ ਸਾਹਿਬ ਦੇ ਵਿੱਚ ਬੱਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੁਭਾਇਮਾਨ ਹੁੰਦੇ ਆ, ਸ੍ਰੀ ਦਸਮ ਗ੍ਰੰਥ ਸਾਹਿਬ ਵੀ ਅਤੇ ਸਰਬਲੋਕ ਗ੍ਰੰਥ ਵੀ ਧਰਮ ਦੀਆਂ ਪੋਥੀਆਂ ਵੀ ਬਾਣੀ ਦੀਆਂ। ਪਰ ਜਿਹੜਾ ਬੇਅਦਬੀ ਕਰਨ ਵਾਲਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਸਮਝ ਕੇ ਬੇਅਦਬੀ ਕਰਦਾ। ਨਿਹੰਗ ਸਿੰਘ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਆ ਔਰ ਪਾਲਕੀ ਸਾਹਿਬ ਬੱਸ ਦੇ ਵਿੱਚ ਸੁਭਾਇਮਾਨ ਨਾਲੋ ਨਾਲ ਸਤਿਗੁਰ ਦੀ ਛਤਰ ਛਾਇਆ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਨਿਹੰਗ ਸਿੰਘਾਂ ਦੇ ਜਿਹੜੇ ਦਲ ਪੰਥ ਆ ਉਹ ਚੱਲਦੇ ਆ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੇਅਦਬੀ ਕਰਨ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਗਿਆ ਜੇ ਉਹ ਬੇਅਦਬੀ ਦੀ ਘਟਨਾ ਵਾਪਰੀ। ਦੂਸਰਾ, ਹਰੇਕ ਬੇਅਦਬੀ ਦੀ ਘਟਨਾ ਟੀਵੀ ਕੈਮਰੇ 'ਚ ਕੈਦ ਨਹੀਂ ਹੁੰਦੀ, ਉਹ ਗੁਰਦੁਆਰਾ ਨਹੀਂ ਹੈ, ਉੱਥੇ ਤਾਂ ਤੰਬੂ ਲੱਗਿਆ ਹੋਇਆ ਕਿਸਾਨੀ ਸੰਘਰਸ਼ ਦੇ ਵਿੱਚ, ਨਿਹੰਗ ਸਿੰਘ ਬੈਠੇ ਆ ਤੰਬੂਆਂ ਦੇ ਵਿੱਚ, ਉੱਥੇ ਕਿੰਨੀ ਵਾਰ ਤੰਬੂ ਪੁੱਟੇ ਗਏ ਔਰ ਉੱਥੇ ਬੇਅਦਬੀ ਦੀ ਜੇ ਘਟਨਾ ਹੋਈ ਹੈ ਤਾਂ ਉੱਥੇ ਕਿਹੜੇ CCTV ਕੈਮਰੇ ਲੱਗੇ ਸੀ ਵੀ ਜਿਹਦਾ ਸਬੂਤ ਸਾਹਮਣੇ ਲਿਆਂਦਾ ਜਾਵੇ ਵੀ ਇਹ ਬੇਅਦਬੀ ਕਰਨ ਲੱਗਿਆ। ਜਦੋਂ ਬੇਅਦਬੀ ਦੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਦਾ ਸਾਰਾ ਜਿਹੜਾ ਘਟਨਾਕ੍ਰਮ ਉਹ ਸਾਹਮਣੇ ਆਇਆ। ਸੋ ਇਹ ਜਿਹੜੀ ਗੱਲ ਕਹਿਣੀ ਕਿ ਬੇਅਦਬੀ ਉਹ ਕਿਸ ਦੀ ਕਰਨ ਗਿਆ ਸੀ, ਮੈਂ ਸਮਝਦਾ ਵੀ ਇਹ ਬਹੁਤ ਨਿਰਾਸ਼ਾਜਨਕ ਗੱਲ ਆ ਅਤੇ ਬਹੁਤ ਮਾੜੀ ਮੰਦਭਾਗੀ ਗੱਲ ਆ ਕਿ ਇਸ ਗੱਲ ਨੂੰ ਜਿਹੜਾ ਹੈਗਾ ਉਹ ਬੇਅਦਬੀ ਤੋਂ ਡਿਨਾਏ ਕਰਨਾ ਜਾਂ ਇਸ ਨੂੰ ਜਿਹੜਾ ਧਿਆਨ ਆ ਡਾਈਵਰਟ ਕਰਨ ਦੀ ਕੋਸ਼ਿਸ਼ ਕਰਨੀ। ਦੂਸਰਾ, ਮੋਨੇ ਵੀਰਾਂ ਰੁਮਾਲਾਂ ਵਾਲੇ ਵੀਰਾਂ ਨੂੰ ਗੁਰੂ ਘਰ ਜਾਣ ਤੋਂ ਡਰਾਉਣਾ ਇਹ ਉਦੋਂ ਵੀ ਨਿਰਾਸ਼ਾਜਨਕ ਆ, ਇਹ ਬਹੁਤ ਮੰਦਭਾਗਾ। ਲੱਖਾਂ ਮੋਨੇ ਵੀਰ, ਲੱਖਾਂ ਰੁਮਾਲਾਂ ਵਾਲੇ ਰੋਜ਼ਾਨਾ ਗੁਰੂ ਘਰਾਂ ਦੇ ਦਰਸ਼ਨ ਕਰਦੇ ਪੂਰੇ ਸੰਸਾਰ ਦੇ ਵਿੱਚ, ਕਿਤੇ ਕੋਈ ਇਹ ਨਹੀਂ ਵੇਖੇ ਵਿਤਕਰਾ ਹੁੰਦਾ ਕਿ ਮੋਨਾ ਸਿੱਖ ਆ ਜਾਂ ਇਹ ਕੇਸਾ ਧਾਰੀ ਆ, ਉਹਨਾਂ ਨੂੰ ਗੁਰੂ ਘਰ ਨਾਲੋਂ ਤੋੜਨਾ ਇਹ ਬਹੁਤ ਮੰਦਭਾਗੀ ਗੱਲ ਹੈ। ਮੈਂ ਇਹਦੀ ਵੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਸਿੱਖੀ ਦਾ ਪ੍ਰਚਾਰ ਪ੍ਰਸਾਰ ਤਾਂ ਗੁਰੂ ਘਰ ਨਾਲ ਜੋੜਨ ਦਾ ਹੁੰਦਾ, ਜੇ ਮੋਨੇ ਵੀਰ ਰੁਮਾਲਾਂ ਵਾਲੇ ਗੁਰੂ ਘਰ ਜਾਣਗੇ ਨਹੀਂ ਤਾਂ ਉਹ ਕਿੱਦਾਂ ਸਿੱਖੀ ਵਾਲੇ ਪਾਸੇ ਪ੍ਰੇਰਿਤ ਹੋਣਗੇ? ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ, ਅੱਜ ਮੋਨਾ ਵੀਰ ਕੱਲ੍ਹ ਨੂੰ ਸਾਬਤ ਸੂਰਤ ਹੋਵੇ, ਅੱਜ ਰੁਮਾਲ ਵਾਲਾ ਕੱਲ੍ਹ ਨੂੰ ਦਸਤਾਰ ਸਜਾਵੇ, ਅੰਮ੍ਰਿਤ ਛਕੇ ਗੁਰੂ ਵਾਲਾ ਬਣੇ, ਸਾਡਾ ਪ੍ਰਚਾਰ ਪ੍ਰਸਾਰ ਤਾਂ ਇਹ ਹੋਣਾ ਚਾਹੀਦਾ। ਪਰ ਅਸੀਂ ਗੁਰੂ ਘਰਾਂ 'ਚ ਜਾਣ ਤੋਂ ਹੀ ਉਹਨਾਂ ਨੂੰ ਡਰਾਉਣ ਲੱਗ ਗਏ, ਇੱਦਾਂ ਦੀਆਂ ਗੱਲਾਂ ਕਹਿ ਕੇ ਕਿਤੇ ਇੱਕਾ ਦੁੱਕਾ ਘਟਨਾਵਾਂ ਇੱਦਾਂ ਦੀਆਂ ਵਾਪਰ ਜਾਂਦੀਆਂ ਨੇ ਅਤੇ ਉਹਨਾਂ ਨੂੰ ਲੈ ਕੇ ਅਸੀਂ ਗੁਰੂ ਘਰ ਜਾਣ ਤੋਂ ਡਰਾਵਾਂਗੇ ਉਹਨਾਂ ਨੂੰ? ਸੋ ਇਹ ਬਹੁਤ ਮੰਦਭਾਗੀ ਗੱਲ ਆ। ਮੈਂ ਕਹਿਣੀ ਚਾਹੁੰਦਾ ਕਿ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਨਿਹੰਗ ਸਿੰਘ ਬਾਣਿਆਂ ਤੋਂ, ਨਿਹੰਗ ਸਿੰਘ ਸੰਪਰਦਾਵਾਂ ਟਕਸਾਲਾਂ ਤੋਂ ਐਲਰਜੀ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਦੇਣੀ ਚਾਹੀਦੀ ਜਿਹਦੇ ਨਾਲ ਕਿ ਸੰਗਤਾਂ ਦਾ ਧਿਆਨ ਡਾਈਵਰਟ ਕੀਤਾ ਜਾਵੇ। ਮੰਦਭਾਗੀ ਗੱਲ ਨੂੰ ਮੰਦਭਾਗੀ ਹੀ ਕਿਹਾ ਜਾਊਗਾ ਜੇ ਕੋਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦਾ। ਬਾਕੀ ਭਾਈ ਰਣਜੀਤ ਸਿੰਘ ਕਹਿ ਰਿਹਾ ਸਾਨੂੰ ਵੀ ਦੁੱਖ ਹੁੰਦਾ ਬੇਅਦਬੀ ਦੀ ਘਟਨਾ ਦਾ, ਅਸੀਂ ਬਰਗਾੜੀ ਗਏ, ਬਰਗਾੜੀ ਤੋਂ ਬਾਅਦ ਕੀ ਬੇਅਦਬੀ ਦੀਆਂ ਘਟਨਾਵਾਂ ਨਹੀਂ ਵਾਪਰੀਆਂ? ਭਾਈ ਰਣਜੀਤ ਸਿੰਘ ਦੇ ਡੇਰੇ ਦੇ ਨਾਲ ਬਿਲਕੁਲ ਘਟਨਾਵਾਂ ਜਿਹੜੀਆਂ ਸੀ ਵਾਪਰੀਆਂ ਦਿੱਤੂਪੁਰ ਦੇ ਵਿੱਚ, ਜੌਲੀਆਂ ਦੇ ਵਿੱਚ। ਫਿਰ ਭਾਈ ਰਣਜੀਤ ਸਿੰਘ ਨੇ ਉੱਥੇ ਕਿਉਂ ਨਹੀਂ ਜਾਣਾ ਕੀਤਾ? ਉੱਥੇ ਉਹਨਾਂ ਘਟਨਾਵਾਂ ਦਾ ਜਾਇਜ਼ਾ ਕਿਉਂ ਨਹੀਂ ਲਿਆ ਜਾਂ ਉਹਨਾਂ 'ਚ ਕੀ ਯੋਗਦਾਨ ਪਾਇਆ? ਭਾਈ ਰਣਜੀਤ ਸਿੰਘ ਨੇ ਇਸ ਪਾਸੇ ਤਾਂ ਬਿਲਕੁ�ਲ ਨਹੀਂ, ਪਰ ਸੰਗਤਾਂ ਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਨਿਰਾਸ਼ਤਾ 'ਚ ਲੈ ਕੇ ਜਾਣਾ ਕਿ ਗੁਰੂ ਘਰ ਨਾ ਜਾਓ, ਮੋਨੇ ਵੀ ਰੁਮਾਲਾਂ ਵਾਲੇ, ਬਹੁਤ ਚਿੰਤਾਜਨਕ ਆ। ਬਾਕੀ ਹਰੇਕ ਬੇਅਦਬੀ ਦੀ ਘਟਨਾ ਜ਼ਰੂਰੀ ਨਹੀਂ ਕਿ ਉਹ ਕੈਮਰੇ 'ਚ ਕੈਦ ਹੋਵੇ, ਜਿੱਥੇ ਕੈਮਰੇ ਲੱਗੇ ਹੋਣਗੇ ਉੱਥੇ ਸਬੂਤ ਸਾਹਮਣੇ ਆਊਗਾ। ਤੀਸਰਾ, ਬੇਅਦਬੀ ਕਰਨ ਵਾਲਾ ਜਿਹੜਾ ਹੈ ਉਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਮਝ ਕੇ ਵੀ ਇੱਥੇ ਸਿੱਖ ਨੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਬਾਕੀ ਇਹ ਬਾਣੀ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਉਹਦੇ 'ਚ ਸਾਡੀ ਨਿਤਨੇਮ ਦੀਆਂ ਬਾਣੀਆਂ ਨੇ, ਨਿਹੰਗ ਸਿੰਘ ਸੰਪਰਦਾਵਾਂ ਸਰਬਲੋਕ ਗ੍ਰੰਥ ਵੀ ਨਾਲ ਸੁਭਾਇਮਾਨ ਕਰਦੇ ਆ ਉਹਨਾਂ ਦੇ ਦਾਲਾਂ ਪੰਥਾਂ 'ਚ, ਨਿਹੰਗਾਂ ਸਿੰਘਾਂ ਦੀਆਂ ਸੌਣੀਆਂ ਦੇ ਵਿੱਚ। ਸੋ ਇਸ ਤਰ੍ਹਾਂ ਦੀ ਜਿਹੜੀ ਆ ਬਿਆਨਬਾਜ਼ੀ ਕਰਕੇ ਭਾਈ ਰਣਜੀਤ ਸਿੰਘ ਦੇ ਵੱਲੋਂ ਮੈਂ ਸਮਝਦਾ ਕਿ ਆਪਣੇ ਐਲਰਜੀ ਦਾ ਪ੍ਰਗਟਾਵਾ ਜਿਹੜਾ ਹੈਗਾ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘਾਂ ਦੇ ਨਾਲ ਉਹ ਕੀਤਾ ਗਿਆ ਜੋ ਬਹੁਤ ਮੰਦਭਾਗਾ, ਇਹ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਤੋਂ, ਅਤੇ ਕਿਸੇ ਵੀਰ ਨੂੰ ਵੀ ਚਾਹੇ ਉਹ ਮੋਨਾ ਚਾਹੇ ਰੁਮਾਲ ਵਾਲਾ, ਗੁਰੂ ਘਰ ਜਾਣ ਤੋਂ ਕਿਸੇ ਤਰ੍ਹਾਂ ਦਾ ਕਿਸੇ ਨੂੰ ਭੈ ਅਤੇ ਡਰ ਨਹੀਂ, ਖੁੱਲ੍ਹ ਦਿਲ ਦੇ ਨਾਲ ਬਿਨਾਂ ਡਰ ਬੇਝਿਜਕ ਗੁਰੂ ਘਰ ਦੇ ਵਿੱਚ ਜਾਣਾ ਚਾਹੀਦਾ।